ਜਿੱਥੇ ਗੱਲ ਹੁੰਦੀ ਹੈ ਬਾ ਕੁਮਾਰ ਡਾਇਰੈਕਸ਼ਨ ਐਂਡ ਰਾਈਟਿੰਗ ਦੀ ਉਥੇ ਅੰਬਰਦੀਪ ਸਿੰਘ ਦਾ ਨਾਮ ਨਾ ਆਵੇ ਇਦਾਂ ਹੋ ਹੀ ਨਹੀਂ ਸਕਦਾ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਐਕਟਰ ਰਾਈਟਰ ਐਂਡ ਡਾਇਰੈਕਟਰ ਅੰਬਰਦੀਪ ਸਿੰਘ ਦੀ ਅੰਬਰਦੀਪ ਸਿੰਘ ਨੇ ਸਾਨੂੰ ਬਹੁਤ ਸਾਰੀਆਂ ਫਿਲਮਾਂ ਲਿਖ ਕੇ ਵੀ ਖੁਸ਼ ਕੀਤਾ ਹੈ ਤੇ ਬਹੁਤ ਸਾਰੀਆਂ ਫਿਲਮਾਂ ਡਾਇਰੈਕਟ ਕਰਕੇ ਵੀ ਖੁਸ਼ ਕੀਤਾ ਹੈ ਤੇ ਕਈ ਫਿਲਮਾਂ ਵਿੱਚ ਅਸੀਂ ਉਹਨਾਂ ਨੂੰ ਐਕਟਿੰਗ ਕਰਦਿਆਂ ਹੋਇਆਂ ਵੀ ਦੇਖ ਚੁੱਕੇ ਹਾਂ ਜੀ ਹਾਂ ਅੰਗਰੇਜ਼ ਗੋਰੀਆਂ ਨੂੰ ਦਫਾ ਕਰੋ ਲਵ ਪੰਜਾਬ ਅਤੇ ਲਾਹੌਰੀਏ ਇਹਨਾਂ ਮੂਵੀਜ਼ ਨੂੰ ਲਿਖਿਆ ਗਿਆ ਸੀ ਅੰਬਰਦੀਪ ਸਿੰਘ ਵੱਲੋਂ ਤੇ ਉਥੇ ਲਾਹੌਰੀ ਮੂਵੀ ਨੂੰ ਡਾਇਰੈਕਟ ਵੀ ਕੀਤਾ ਗਿਆ ਸੀ ਅਬਰਦੀਪ ਸਿੰਘ ਵੱਲੋਂ ਇਸ ਤੋਂ ਇਲਾਵਾ ਅਸੀਂ ਹੁਣ ਤੱਕ ਉਹਨਾਂ ਨੂੰ ਲੌਂਗ ਲਾਚੀ ਤੇ ਪੱਜੋ ਵੀਰੋਵੇ ਮੂਵੀ ਵਿੱਚ ਐਕਟਿੰਗ ਕਰਦੇ ਹੋਏ ਵੀ ਦੇਖ ਚੁੱਕੇ ਹਾਂ ਉਹ ਵੀ ਮੇਨ ਲੀਡ ਤੇ ਜੀ ਹਾਂ ਤੇ ਅੱਜ ਅੰਬਰਦੀਪ ਸਿੰਘ ਦੇ ਨਾਲ ਰਿਲੇਟਿਡ ਨਵੀਂ ਅਪਡੇਟ ਇਹ ਹੈ ਕਿ ਅੰਬਰਦੀਪ ਸਿੰਘ ਸਾਡੇ ਸਾਰਿਆਂ ਲਈ ਇੱਕ ਸਰਪ੍ਰਾਈਜ਼ ਪਲਾਨ ਕਰ ਰਹੇ ਨੇ ਤੇ ਉਹ ਸਰਪ੍ਰਾਈਜ਼ ਇਹ ਹੈ ਕਿ ਉਹਨਾਂ ਨੇ ਲਿਖ ਲਈ ਹੈ ਲਾਹੌਰੀਏ 2 ਮੂਵੀ ਦੀ ਕਹਾਣੀ ਜੀ ਹਾਂ ਅੰਬਰਦੀਪ ਸਿੰਘ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਤੇ ਸਾਡੇ ਨਾਲ ਸਾਂਝੀ ਕੀਤੀ ਗਈ ਇੱਕ ਖੁਸ਼ਖਬਰੀ ਜਿੱਥੇ ਉਹਨਾਂ ਨੇ ਲਿਖਿਆ ਕਿ ਲਾਹੌਰੀਏ 2 ਦੀ ਕਹਾਣੀ ਨੇ ਲਿਖ ਲਈ ਹੈ ਟਾਈਟਲ will be ਗੁੰਮ ਗਏ ਘਰਾਂ ਦੇ ਬਾਹਰ ਨੇ ਇਸ ਟਾਈਟਲ ਤੋਂ ਮੈਨੂੰ ਲੱਗ ਰਿਹਾ ਹੈ ਕਿ ਲਾਹੌਰੀਏ ਵਾਂਗ ਇਹ ਮੂਵੀ ਵੀ ਬਾਖਮਾਲ ਹੀ ਹੋਣ ਵਾਲੀ ਹੈ ਵੈਸੇ ਵੀ ਅੰਬਰਦੀਪ ਸਿੰਘ ਜਿਆ ਹੁਣ ਤੱਕ ਦੀਆਂ ਜਿੰਨੀਆਂ ਵੀ ਮੂਵੀਜ਼ ਨੂੰ ਅਸੀਂ ਦੇਖਿਆ ਹੈ ਉਹ ਹਮੇਸ਼ਾ ਬਾਖਮਾਲ ਹੀ ਰਹੀਆਂ ਨੇ ਹੁਣ ਮੈਂ ਜੇ ਗੱਲ ਕਰਾਂ ਅੰਬਰਦੀਪ ਸਿੰਘ ਦੀ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਹੋਰ ਗੱਲ ਦੱਸ ਦਵਾਂ ਕਿ ਅੰਬਰਦੀਪ ਸਿੰਘ ਵੱਲੋਂ ਆਪਣਾ ਇੱਕ ਨਵਾਂ YouTube ਚੈਨਲ ਖੋਲਿਆ ਜਾ ਰਿਹਾ ਹੈ ਜਿਸ ਗੱਲ ਦੀ ਅਨਾਉਂਸਮੈਂਟ ਵੀ ਉਹਨਾਂ ਨੇ ਕੁਝ ਪਹਿਲਾਂ ਹੀ ਸਾਰੇ ਨਾਲ ਸਾਂਝੀ ਕੀਤੀ ਜਿੱਥੇ ਉਹਨਾਂ ਨੇ ਲਿਖਿਆ ਸਟਾਰਟਿੰਗ ਮਾਈ ਓਨ YouTube ਚੈਨਲ ਅੰਬਰਦੀਪ ਸਿੰਘ ਫ ਵਿਲ ਬੀ ਸ਼ੇਅਰਡ ਔਨ 23rd April ਅੱਜ ਤੱਕ ਨੈਟ ਤੇ ਜੋ ਮਟੀਰੀਅਲ ਨਹੀਂ ਦੇਖਿਆ ਉਹ ਦੇਖਣ ਲਈ ਰੈਡੀ ਹੋ ਜਾਓ ਐਂਡ ਪਲੀਜ਼ ਲੈਟ ਮੀ ਨੋ ਤੁਸੀਂ ਕਿਹੜੀਆਂ ਫਿਲਮਾਂ ਦੇ ਰਿਵਿਊ ਸੁਣਨਾ ਚਾਹੁੰਦੇ ਹੋ ਮੇਰੇ ਤੋਂ ਇਸ ਤੋਂ ਇਲਾਵਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂ ਕਿ ਅੰਬਰਦੀਪ ਪੋਲ ਨੂੰ ਆਪਣੇ ਫੇਸਬੁੱਕ ਅਕਾਊਂਟ ਤੇ ਵੀ ਸਾਨੂੰ ਪੁੱਛਿਆ ਗਿਆ ਕਿ ਅਸੀਂ ਉਹਨਾਂ ਨੂੰ ਕਿਹੜੇ ਤਿੰਨ ਮੇਨ ਕੁਐਸਚਨਸ ਪੁੱਛਣਾ ਚਾਹੁੰਦੇ ਹਾਂ ਜੀ ਹਾਂ ਉਹਨਾਂ ਨੇ ਲਿਖਿਆ ਐਨੀ 3 ਕੁਐਸਚਨਸ ਯੂ ਵਨ ਆਸਕ ਮੀ ਅਬਾਊਟ ਮਾਈ ਫਿਲਮਸ ਮੈਂ 23 April ਨੂੰ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ। ਸੋ ਜਿੱਥੇ ਅਸੀਂ ਹੁਣ ਤੱਕ ਅੰਬਰਦੀਪ ਵੱਲੋਂ ਡਾਇਰੈਕਟਡ, ਰਿਟਨ ਜਾਂ ਫਿਰ ਐਕਟਿੰਗ ਕਰਦੇ ਹੋਏ ਬਹੁਤ ਸਾਰੀਆਂ ਮੂਵੀਜ਼ ਦੇਖੀਆਂ ਨੇ। ਆਈ ਐਮ ਸ਼ੋਰ ਕਿ ਅਸੀਂ ਉਸੇ ਤਰ੍ਹਾਂ ਲੋਹਾਰੀ ਟੂ ਮੂਵੀ ਨੂੰ ਵੀ ਖੂਬ ਇੰਜੋਏ ਕਰਾਂਗੇ। ਬਾਕੀ ਮੈਂ ਤੁਹਾਨੂੰ ਦੱਸ ਦਵਾਂ ਕਿ ਰੀਸੈਂਟਲੀ ਪੱਜੋ ਬਿਊਰੋ ਵੀ ਮੂਵੀ ਰਿਦਮ ਬॉयਜ਼ ਦੇ YouTube ਚੈਨਲ ਤੇ ਵੀ ਰਿਲੀਜ਼ ਹੋ ਚੁੱਕੀ ਹੈ। ਸੋ ਤੁਸੀਂ ਸਾਰੇ ਇਸ ਮੂਵੀ ਨੂੰ ਉੱਥੇ ਵੀ ਇੰਜੋਏ ਕਰ ਸਕਦੇ ਹੋ। ਬਾਕੀ ਸਾਨੂੰ ਕੀ ਕੁਝ ਦੇਖਣ ਨੂੰ ਮਿਲਦਾ ਹੈ ਅੰਬਰਦੀਪ ਦੇ YouTube ਚੈਨਲ ਤੇ? ਏ ਦੇਖਣ ਲਈ ਸਾਨੂੰ ਥੋੜੀ ਜਿਹੀ ਉਡੀਕ ਕਰਨੀ ਪਵੇਗੀ ਬਾਕੀ ਤੁਸੀਂ ਸਾਰੇ ਕਿੰਨੇ ਕਿ ਐਕਸਾਈਟਡ ਹੋ ਚੁੱਕੇ ਹੋ ਲਾਹੌਰ ਯੂ 2 ਦੀ ਅਨਾਉਂਸਮੈਂਟ ਨੂੰ ਸੁਣ ਕੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਪੋਲੀਵੁੱਡ ਐਂਡ ਬਾਲੀਵੁੱਡ ਰਿਲੇਟਿਡ ਹੋਰ ਨਵੀਆਂ ਜਿਹੀਆਂ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਰੇ YouTube ਚੈਨਲ gabru.com press the bell icon to never miss a video from gabru